ਹੁਣ ਹੀ ਰਾਬਤਾ ਥਿੰਦਾ ਹੁੰਦੇ ਆਖੋ ਤਾਂ ਮੈਂ ਤਾਂ ਕੋਈ ਜਿਹਾ ਵੈਸਾ ਜੜਿਆ ਸਾਂ ਮੈਂ ਹਾਲੇ ਤੱਕ ਕੋਈ ਕਨਫਰਮ ਤੇ ਜਲ ਥੀ ਸੀ ਇਨਸ਼ਾ ਅੱਲਾਹ ਤਬਰਕ ਸਰ ਅਸਲਾਮ ਅਲੈਕੁਮ ਕੀ ਹਾਲ ਫੈਨ ਠੀਕ ਹੋ ਤਬੀਅਤ ਸੇ ਠੀਕ ਹੋ ਉਮੀਦ ਕਰਤਾ ਹੂੰ ਆਪ ਸਭ ਠੀਕ ਹੋਗੇ ਅੱਲਾਹ ਕਰਮ ਫਜ਼ਲ ਸੇ ਤਮਾਮ ਅਲੈਕੁਮ ਆਪ ਦੇਖ ਰਹੇ ਮੇਰਾ YouTube ਚੈਨਲ ਸਰੇ ਕੀ ਥਾਲ ਬਿਲੋ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਪਹਿਲੇ ਸਰ ਚੈਨਲ ਨੂੰ ਸਬਸਕ੍ਰਾਈਬ ਕਰ ਗਿਨ ਵਾਦ ਕਰੇ ਨਾ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਤਾਂ ਵੀਡੀਓ ਇਵੇਂ ਦੋਸਤੋ ਕੁਝ ਦਿਹਾੜੇ ਪਹਿਲੇ ਤੁਸਾਂ ਬੇਲੇ ਮੁੰਡੇ ਮਮਾ ਸ਼ਹਿਜ਼ਾਦ ਦੀ ਵੀਡੀਓ ਡਿਟੀ ਹੋ ਸੀ 2 ਦਿਨ ਪਹਿਲੇ ਦੀ ਵੀਡੀਓ ਹੈ ਤਾਂ ਕਿਉ ਐਨ ਵੀਡੀਓ ਹੈ ਉਹਨਾਂ ਦੀ ਕਿਉ ਐਨ ਵੀਡੀਓ ਉਹਨਾਂ ਦੀ ਕਿਹੜੀ ਹੈ ਉਹਨਾਂ ਆਪ ਸਵਾਲਾਂ ਦੇ ਜਵਾਬ ਕੋਈ ਨਹੀਂ ਦਿੱਤੇ ਸਵਾਲਾਂ ਦੇ ਜਿਹੜੇ ਜਵਾਬ ਹਨ ਉਹਨਾਂ ਦੇ ਅੱਬੂ ਦਿੱਤੇ ਤਾਂ ਤੁਸਾਂ ਉਹ ਵੀਡੀਓ ਦੇਖ ਚੁੱਕੇ ਹੋ ਸੋ ਉਹ ਵੀਡੀਓ ਦੇ ਵਿੱਚ ਹੀ ਗਲਤ ਕਮੈਂਟ ਤੇ ਆ ਗਿਆ ਕਮੈਂਟ ਕਹਿੰਦਾ ਹੀ ਮਲਕ ਸੱਜਾਦ ਦਾ ਇਹ ਹੁਣ ਅੱਲਾ ਜਾਣਦੇ ਮਲਕ ਸੱਜਾਦ ਕਿਹੜੀ ਜਗ੍ਹਾ ਦੇ ਕੌਣ ਥਿੰਦੇ ਕੌਣ ਹੈ ਕੌਣ ਨਹੀਂ ਜਿਸ ਟਾਈਮ ਮੈਂ ਉਹ ਵੀਡੀਓ ਦਿੱਤੀ ਹੈ ਤਾਂ ਵੀਡੀਓ ਦੇਖ ਕੇ ਮੈਂ ਥੋੜਾ ਜਿਹਾ ਬੇਰਾ ਮਹਿਸੂਸ ਤਾਂ ਜਿਸ ਟਾਈਮ ਉਹਨਾਂ ਦੇ ਅੱਬੂ ਕਮੈਂਟਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤਨ ਤਾਂ ਉਹਨਾਂ ਦੇ ਵਿੱਚ ਮਲਕ ਸੱਜਾਦ ਜਿਹੜਾ ਕਮੈਂਟ ਕੀਤੀ ਪਈ ਆ ਕਮੈਂਟ ਕਿਹੜਾ ਹੀ ਹੁੰਦਾ ਉਹਦਾ ਕਮੈਂਟ ਹੈ ਕਿ ਮਮਾ ਸ਼ਹਿਜ਼ਾਦ ਤੁਮ ਵੀ ਚਬਲ ਹੋ ਤੁਹਾਰੇ ਭਾਈ ਵੀ ਚਬਲ ਹੈ ਔਰ ਤੁਹਾਰਾ ਅੱਬੂ ਵੀ ਚਬਲ ਹੈ ਤਾਂ ਯਾਰ ਹੈਰਾਨ ਹੈ ਉਹਦੀ ਸੋਚ ਤੋਂ ਉਹਦਾ ਕਮੈਂਟ ਤੁਸਾਂ ਦੇਖੋ ਯਾਰ ਇਹੋ ਜਿਹੇ ਕਮੈਂਟ ਤੁਸਾਂ ਕਿਉਂ ਕਰਨ ਦੇ ਵੇ ਤਾਂ ਤੁਸਾਂ ਵਾਲਾ ਸ਼ਹਿਜ਼ਾਦ ਔਰ ਫੁਫੇਲਾ ਮੁੰਡਾ ਤੇ ਉਹਨਾਂ ਦਾ ਪਿਓ ਦਾ ਜਵਾਬ ਸੁਣੋ ਤਾਂ ਉਹਨੇ ਜਿਸ ਟਾਈਮ ਹੀ ਕਮੈਂਟ ਦਾ ਜਵਾਬ ਪਿਓ ਕੋਲ ਪੁੱਛੇ ਬੇਬੂ ਇਹਨਾਂ ਦਾ ਕਿਆ ਤੁਸਾਂ ਜਵਾਬ ਦੇਸੋ ਤੁਸਾਂ ਕਿਆ ਆਖਣਾ ਚਾਹੋ ਇਹ ਕਮੈਂਟ ਦੇ ਬਾਰੇ ਤਾਂ ਉਹ ਆਖੇ ਪੁੱਤਰੋ ਇਹ ਕਮੈਂਟ ਦੇ ਬਾਰੇ ਅਸਾਂ ਕੁਝ ਨਾ ਆਖਣਾ ਚਾਹੋ ਉਹ ਕੋ ਨਾ ਸਾ ਦੇ ਉਹ ਗੰਦੇ ਨਾ ਚੰਗੇ ਤਾਂ ਬਸ ਉਹਦੇ ਮਾਂ ਪਿਓ ਦੀ ਤਰਬੀਅਤ ਇਹੋ ਜਿਹੀ ਹੈ ਜਿਹੜਾ ਉਹਨਾਂ ਸਾ ਕੋ ਯਾਨੀ ਕਿ ਇਹ ਕਮੈਂਟ ਕੀਤਾ ਤਾਂ ਉਹਨਾਂ ਦੀ ਮਾਂ ਦੀ ਸ਼ਾਇਦ ਮਾਂ ਪਿਓ ਦੀ ਤਰਬੀਅਤ ਇਹੋ ਜਿਹੀ ਥਈ ਹੋਈ ਸੀ ਜਿਹੜਾ ਸਾ ਕੋ ਨਾ ਇਹ ਕਮੈਂਟ ਕੀਤਾ ਤਾਂ ਹੁਣ ਤੁਸਾਂ ਆਪ ਹੀ ਕਮੈਂਟ ਦੇ ਔਰ ਉਹਨਾਂ ਦੇ ਦੇ ਗਿਨੋ ਉਹਦੀ ਸੋਚ ਤਾਂ ਜਿਸ ਟਾਈਮ ਉਹ ਵਾਲਾ ਆਖੇ ਅਸਾਂ ਕੁਝ ਨਾ ਆਖਣਾ ਚਾਹੋ ਉਹਦੇ ਮਾਂ ਪਿਓ ਦੀ ਤਰਬੀਅਤ ਇਹੋ ਜਿਹੀ ਥਈ ਹੋਈ ਸੀ ਜਿਹੜਾ ਉਹਨਾਂ ਸਾ ਕੋ ਸਵਾਲ ਕੀਤਾ ਤਾਂ ਉਥਾਂ ਮਲਕ ਸ਼ਹਿਜ਼ਾਦ ਉਰਫ ਵੇਲਾ ਮੁੰਡਾ ਦਾ ਪੈ ਬਿਤਵਾ ਕੋ ਸਲੂਟ ਥੀ ਗਿਆ ਤਾਂ ਇਹ ਕਮੈਂਟ ਦੇ ਬਾਰੇ ਯਾਨੀ ਕਿ ਉਹ ਚਾਹੇ ਤਾਂ ਉਹ ਕੋ ਗਲਤ ਹੀ ਜਵਾਬ ਦੇ ਸਕਦਾ ਜਿਵੇਂ ਇਹ ਜਵਾਬ ਨਾ ਕਮੈਂਟ ਕੀਤੇ ਉਹ ਕਮੈਂਟ ਦੇ ਬਾਰੇ ਉਹ ਜਵਾਬ ਦੇ ਸਕਦਾ ਹੈ ਤਾਂ ਉਹਨਾਂ ਉਹਦੇ ਬਦਲੇ ਜਵਾਬ ਨਹੀਂ ਦਿੱਤਾ ਵੇਲੇ ਮੁੰਡੇ ਉਹ ਕੋ ਵਾਲਾ ਸਲੂਟ ਦਿੱਤੇ ਤਾਂ ਲਿਹਾਜ਼ਾ ਯਾਰ ਇਹੋ ਜਿਹੇ ਕਮੈਂਟ ਨਾ ਕੀਤੇ ਕਰੋ ਹੁਣ ਮਲਕ ਸੱਜਾਦ ਜਿੱਤੂ ਦੇ ਹੈ ਜੋਨ ਵੀ ਹੈ ਉਹ ਕਮੈਂਟ ਕੀਤੇ ਕਿਆ ਉਹ ਹੁਣ ਵੀਡੀਓ ਕਿਤਨੇ ਬੰਦੇ ਦੇਖ ਚੁੱਕੇ ਹੋ ਸਨ ਹੁਣ ਵੇਲੇ ਮੁੰਡੇ ਦੇ ਤੁਸੀਂ ਆਪ ਦੇ ਗਿਨੋ 7 ਲੱਖ ਤੋਂ ਉੱਤਾਂ ਸਬਸਕ੍ਰਾਈਬਰ ਹਨ 7.5 ਲੱਖ ਸਬਸਕ੍ਰਾਈਬਰ ਤਾਂ 7.5 ਲੱਖ ਸਬਸਕ੍ਰਾਈਬਰ ਹੈ ਲੱਖ 1.5 ਲੱਖ ਬੰਦੇ ਉਹ ਵੀਡੀਓ ਦੇਖ ਚੁੱਕੇ ਹੋ ਸਨ ਤਾਂ ਜੇ ਬੰਦੇ ਇਹ ਵੀਡੀਓ ਦਿੱਤੀ ਹੋ ਸੀ ਉਹ ਹਰ ਬੰਦੇ ਦੇ ਜ਼ਿਹਨ ਵਿੱਚ ਇਹ ਗੱਲ ਆਈ ਹੋ ਸੀ ਯਾਰ ਉਹ ਕਮੈਂਟ ਕੀਤਾ ਠੀਕ ਹੈ ਤੇਰੀ ਵੇਲੇ ਮੁੰਡੇ ਨਾਲ ਕੋਈ ਨਾਰਾਜ਼ਗੀ ਹੈ ਵੇਲੇ ਮੁੰਡੇ ਨਾਲ ਤੁਹਾਡੀ ਕੋਈ ਗਿਲਾ ਸ਼ਿਕਵਾ ਪਤਾ ਹੈ ਗੁੱਸਾ ਹੈ ਵੇਲੇ ਮੁੰਡੇ ਦੇ ਤਾਂ ਤੂੰ ਵੇਲੇ ਮੁੰਡੇ ਦੇ ਬਾਰੇ ਕਮੈਂਟ ਕਰ ਵੇਲੇ ਮੁੰਡੇ ਤੱਕ ਇਹ ਨਹੀਂ ਫਰਜ਼ ਕੀਤਾ ਗਲਤੀ ਮੇਰੀ ਹੈ ਤਾਂ ਨਾਲ ਜਿਹੜੇ ਮੇਰੇ ਹੋਰ ਸੰਗਤੀ ਹਨ ਜਾਂ ਦੋਸਤ ਹਨ ਜਾਂ ਭਾਈ ਹੋਣੇ ਹਨ ਤਾਂ ਉਹਨਾਂ ਦੇ ਬਾਰੇ ਤੁਸੀਂ ਲਿਖੇ ਵੰਜੋ ਅੱਛਾ ਵੀਡੀਓ ਜਿਸ ਟਾਈਮ ਅਪਲੋਡ ਥੀ ਗਈ ਹੈ ਤੁਸੀਂ ਦਿੱਠੀ ਹੋ ਸੀ ਮੈਂ ਦਿੱਠੀ ਹੈ ਤਾਂ ਮੇਰੇ ਜ਼ਿਹਨ ਵਿੱਚ ਇਹ ਸੋਚ ਆਈ ਹੋ ਸੀ ਭਈ ਯਾਰ ਜਿਹੜਾ ਮਲਕ ਸੱਜਾਦ ਹੁਣ ਕਮਿਟ ਕੀਤਾ ਤਾਂ ਜਿਸ ਟਾਈਮ ਉਹ ਹੁਣ ਜਵਾਬ ਦਿੱਤੇ ਸ਼ਹਿਜ਼ਾਦ ਦੇ ਪਿਓ ਬਈ ਉਹਦੇ ਮਾਂ ਪਿਓ ਦੀ ਤਰਬੀਅਤ ਜਿਹੜੇ ਥਈ ਹੋਈ ਸੀ ਤਾਂ ਕਿਆ ਉਹ ਮਲਕ ਸੱਜਾਦ ਵੀਡੀਓ ਦਿੱਠੀ ਹੋ ਸੀ ਮਲਕ ਸੱਜਾਦ ਦੇ ਭਈਆਂ ਵੀਡੀਓ ਦਿੱਠੀ ਹੋ ਸੀ ਹੋ ਸੰਗੇ ਮਲਕ ਸੱਜਾਦ ਦੇ ਅੱਬੂ ਹੀ ਵੀਡੀਓ ਦਿੱਠੀ ਹੋ ਸੀ ਤਾਂ ਉਹਨਾਂ ਕੋਈ ਇਹ ਮਹਿਸੂਸ ਥਿੰਦਾ ਪਿਓ ਸੀ ਉਹ ਉਹਨਾਂ ਕੋ ਕਿਤਨੀ ਹੀ ਯਾਨੀ ਕਿ ਗੱਲ ਦਾ ਖੌਫ ਹੈ ਹੋ ਸੀ ਯਾਰ ਦੇ ਗਿਨ ਸਾਡੇ ਭਈ ਯਾ ਮਲਕ ਸੱਜਾਦ ਦੇ ਜਿਹੜੇ ਯਾਰ ਦੋਸਤ ਹਨ ਉਹਨਾਂ ਵੀਡੀਓ ਦਿੱਤੀ ਹੋ ਸੀ ਬਈ ਮਲਕ ਸੱਜਾਦ ਦੇ ਇਹ ਕਮੈਂਟ ਕੀਤੇ ਤਾਂ ਸਾ ਕੋਈ ਕਮੈਂਟ ਦੇ ਬਜਾਏ ਅੱਜ ਉਹਨਾਂ ਦੇ ਇਹ ਗੱਲ ਹੀ ਸੁਣਨੇ ਪੈ ਗਿਆ ਤਾਂ ਕਿਤਨੇ ਬੰਦੇ ਦੇਖ ਚੁੱਕੇ ਸਨ ਹਰ ਬੰਦੇ ਦੇ ਜ਼ਿਹਨ ਵਿੱਚ ਇਹ ਸੋਚ ਇਹ ਸੀ ਯਾਰ ਮਲਕ ਸੱਜਾਦ ਕਈ ਬੰਦੇ ਹਨ ਯਾਨੀ ਕਿ ਜਿਹੜੇ ਉਹਦੇ ਮੁਖਾਲਿਫ ਹਨ ਸ਼ਹਿਜ਼ਾਦ ਦੇ ਫਰਜ਼ ਕੀਤਾ ਮੈਂ ਵੀ ਮਿਲਣ ਗਿਆ ਹਾਂ ਮਮਾ ਸ਼ਹਿਜ਼ਾਦ ਕੋ ਮੈਂ ਵੀ ਮਿਲਣ ਗਿਆ ਮੈਂ ਤੋਂ ਜਿਸ ਟਾਈਮ ਗਿਆ ਵੀ ਮੇਰਾ 10,000 ਖਰਚਾ ਤੇ ਗਿਆ ਤਾਂ ਮੇਰੇ ਨਾਲ ਹੋਰ ਹੀ ਸੰਗਤੀ ਹੈ ਅਸਾਂ ਗਾਇਆ ਸੀ ਉਤਾਂ ਉਹਦਾ ਜਿਸ ਟਾਈਮ ਅਸਾਂ ਪਹੁੰਚਿਆ ਸੀ ਸਾ ਕੋ ਮਮਾ ਸ਼ਹਿਜ਼ਾਦ ਕੋ ਨਹੀਂ ਮਿਲਾ ਰਿਜ਼ਵਾਨ ਉਹਨਾਂ ਦਾ ਅੱਬੂ ਮਿਲਾ ਹੀ ਤਾਂ ਉਹਦਾ ਜਿਸ ਟਾਈਮ ਅਸਾਂ ਪਹੁੰਚ ਗਏ ਉਹਨਾਂ ਖਾਣਾ ਵਗੈਰਾ ਖਵਾਇਆ ਸਾ ਕੋ ਜਿਹੜੀ ਉਹਨਾਂ ਕਾਣ ਖਿਦਮਤ ਹੀ ਉਹਨਾਂ ਸਾ ਕੋ ਕੀਤੀ ਹੈ ਸਾਰੀ ਸੋਚ ਤੋਂ ਵੱਧ ਕੇ ਉਹਨਾਂ ਖਿਦਮਤ ਕੀਤੀ ਅੱਛਾ ਜਿਸ ਟਾਈਮ ਅਸਾਂ ਖਾਣਾ ਵਗੈਰਾ ਖਾ ਕੇ ਦੇ ਤਾਂ ਅਸਾਂ ਉਹਨਾਂ ਕੋ ਜਿਸ ਟਾਈਮ ਵੀਡੀਓ ਦੇ ਆਖੇ ਰਿਜ਼ਵਾਨ ਕੋ ਵੀ ਵੀਡੀਓ ਬਣਾਓ ਤਾਂ ਉਹਨਾਂ ਆਖੇ ਅਸਾਂ ਵੀਡੀਓ ਤੁਹਾਨੂੰ ਨਾ ਬਣਾ ਸਕਦੇ ਬਾਕੀ ਜਿਹੜੀ ਸਾਡੇ ਕੋਲ ਖਿਦਮਤ ਹੀ ਅਸਾਂ ਤਾਂ ਖਿਦਮਤ ਕੀਤੀ ਹੈ ਤਾਂ ਤੁਸਾਂ ਵੀਡੀਓ ਦੇਰੇ ਦੀ ਬਣਾ ਸਕਦੇ ਵੀ ਵੀਡੀਓ ਦੇ ਵਿੱਚ ਅਸਾਂ ਨਾ ਆਸੋ
तो उन्हें एक ये वजह है भाई असा थन नाल वीडियो दे विच आने हैं तो सा देवनी सोशल मीडिया ते वीडियो वीडियो जिस टाइम सोशल मीडिया ते थारी गई तो हो रही आसन उन्हें ना यानी कि इस वालों से यार तो सा काल बंदा है तो सा उन्हें ना वीडियो बनाए सा नाल तो सा क्यों नहीं बने दे तो लिहाज आसा थन नाल वीडियो मैं बना संग दे थन नाल मासल करने थारे को तो असा जे अगर घर तो हट के होर शहर तो ते बदे असों कई जगह ते मुलाकात थी वेंदी तो असा थन नाल जरूर वीडियो बनाए सो देरे ते असा कई बंदा ना नहीं बनाई ना तो इन गल ता मैं कोई बुरा लगे जिस टाइम मैं ना वीडियो नहीं बनाई नहीं मैं उस ना कोई वीडियो दे विच आज तक उना दे खिलाफ कोई वीडियो नहीं बनाई चाहा तो मैं बड़ा संगदा मैं यार मैं गया मेरा इतना खर्चा थी गए उना कण तोड़ गया उना देरे ते मैं ना वीडियो नहीं बनाई ता ना आज ते आज तक उना दी वीडियो दे विच कोई गलत कमेंट दिते यार उना मेहनत की थी ये उना दा हक बन दे ओ आज सा को अपने नाल वीडियो बनावन दे ना बनावन दे उना हुन मेहनत की थी क्या उना दा खर्चा कोनी थी या तो हुन असा वदे थे असा खर्चा कोने करे दे वदे हुन मैं उठा गया मेरा 10,000 खर्चा थी गया क्या ए बेग महसूस कोनी थी या इवें हर इंसान ओ काल गए हर इंसान कान यानी के बड़े बड़े स्टारा गण गए शहजाद बड़े बड़े स्टारा को किन्हा को पैसे दीते हैं किन्हा स्टारा पैसे कोनी गिदे क्या वो मेहनत की थी ये मेहनत आ जाला ताला को सिला दीते वो ही मकाम ते है ता ओंदा यानी के राइट बन दे वो कैनल वीडियो बनावा दे ना बना वीडियो बनाए दे यानी के आपने देर इतनी बना दा हट के जित्था को मिल बन जो वीडियो बनाए रिजवान नल मेरा हूं ही रابطہ थिंदा हो दे आखो ता मैं था को ओंदे वाइसा जड़े साडा व्हाट्सएप देख मैं रابطہ थिंदा रांदे ओंदे वाइसा था को सुनवा दे रابطہ थिंदा ओंदे वाइस जड़े ओंदे सारे हिन तो था वैसा सुन मैं ना वैसा तो सुन के ना अगली बार अल्लाह का करम सही अल्हम्दुलिल्लाह दुआ मन तो सा देवाल तो भी ऐसे ठीक है भाई शहजाद होनी ठीक है तो मैं पूछ पे भाई वो मेला कढने तो उठा रहा जड़े दसे ने पे पे मेला लवे सा मैं हमें हाल ही तक कौन ही कंफर्म तो जल्द थी सी इंशाल्लाह तो सर।